ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸ਼ਹਿਰ ਜਨਾਲਾ, ਤਹਿਸੀਲ ਵੀ ਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ, ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਤੋਂ ਬਿਨਾਂ, ਇੱਕ ਤਾਜ਼ੀ ਸੂਈ ਅਤੇ ਇੱਕ ਗੱਭਣ ਅਤੇ ਇੱਕ ਅਖੀਰੀ ਵੈੜ ਤੁਹਾਨੂੰ ਤਾਜ਼ੀ ਸੂਈ ਤੁਹਾਨੂੰ ਦਿਖਾਉਣੀ ਹੈ। ਇਹਦੇ ਮਗਰ ਵੀ ਵੱਛੀ ਆ ਜਿਹੜੀ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਵਧੀਆ ਵੀਰ ਜੀ, ਵਧੀਆ। ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦਿਓ ਇੱਕ ਵਾਰੀ। ਨਾਮ ਸੋਨੂ, ਸ਼ਹਿਰ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਬੋਲ ਦਿਓ। 9015657। ਅਤੇ ਤਿੰਨ ਆ ਫਿਰ, ਹੈ ਨਾ? ਅਤੇ ਇੱਕ ਗਾਂ। ਅਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਆ ਜਿਹੜੀ, ਇੱਥੋਂ ਹੀ ਆਪਾਂ ਕਰ ਲਈਏ। ਦੱਸ ਦਈਏ ਇਹਦੇ ਬਾਰੇ ਫਿਰ। ਇਹ ਵੀਰ ਜੀ ਆਹ ਪੁੱਛੀਏ ਜੀ। ਅੱਛਾ, ਇਹ ਆਪਾਂ ਆਪਦੇ ਸੂਈ ਨੂੰ ਦੱਸ ਦੇ ਲੋਕੇ 12 ਮਹੀਨੇ ਦੇ ਗੜ, 5 ਦਿਨਾਂ ਦੇ ਮਹੀਨੇ ਦੇ ਗੜ ਹੋ ਗਿਆ ਸੂਈ ਨੂੰ, ਆਹ ਪੁੱਛੀ ਜੀ। ਠੀਕ ਆ ਤੇ ਮਿਲਦੀ ਪੁੱਛੀ ਦੇ ਹੀ ਆ। ਮਿਲਦੀ ਪੁੱਛੀ ਦੇ, ਠੀਕ ਹੈ। ਤੁਹਾਨੂੰ ਕਹਿ ਰਹੀ ਆ ਵੀ 15 ਦਿਨ ਹੋ ਗਏ, 20 ਦਿਨ ਮਹੀਨੇ ਦੇ ਗੜ ਟਾਈਮ ਸੂਈ ਨੂੰ ਹੋ ਗਿਆ ਜੀ। ਠੀਕ ਹੈ। ਤੇ ਦੁੱਧ ਕਿੰਨਾ ਤਿਆਰ? ਉਹਦੇ ਹੋਊਗਾ 8 ਲੀਟਰ ਤੋਂ ਬਾਹਰ ਹੀ ਹੋਊਗਾ, ਆਪਾਂ 8 ਹੀ ਦੇਵਾਂਗੇ ਗਰੰਟੀ। ਤੋਰ ਦਿਓ ਫਿਰ ਇਹਨਾਂ ਇੱਕ ਵਾਰੀ, ਧਾਰਾਂ ਮਰਾ ਦੇਣੇ ਦੀਆਂ। ਠੀਕ ਹੈ। ਬਾਕੀ ਆ ਥਾਣ ਵੀ ਦੇਖ ਸਕਦੇ ਜੀ, ਇਹਦੇ ਲਾਗੇ ਤਾਂ ਥੱਲੇ ਹਵਾਨਾ ਵੀ ਦੇਖ ਸਕਦੇ ਜੀ। ਭਾੜਾ ਜਿਹਾ ਗਾੜੀ ਪਾ ਲੈਣਾ ਥੋੜ੍ਹਾ ਜਿਹਾ। ਹਾਂ, ਇੱਦਾਂ ਵੀ ਭਾੜਾ ਪਾ ਕੇ ਮੈਂ ਪੁੱਛੀ ਤਾਂ ਮਾੜੀ ਚੰਗੀ ਲੈਣੀ ਗਾੜੀ। ਠੀਕ ਹੈ, ਅਤੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ। ਇੱਦਾਂ ਮਿਲ ਪੈਣੀ ਫਿਰ, ਠੀਕ ਹੈ। ਦਿਖਾ ਦੇ ਚਵਾ। ਦੇਖ ਸਕਦੇ ਚਵਾ, ਹੁਣ ਪਿਛਲੇ ਸਣਾ ਦਾ ਚਵਾ ਤੁਹਾਨੂੰ ਦਿਖਾ ਦਈਏ। ਮੈਂ ਦੇਖ ਸਕਦੇ ਬਿਲਕੁਲ ਸਾਫ ਚਵਾ, ਸਰੂ ਨਾਲ ਲੱਗਾ ਤੇ ਹੈਗਾ ਵਾ, ਭਾਰੀ ਦੀ ਕੋਈ ਗੱਲ ਨਹੀਂ ਹੈਗੀ ਉਹਦੀ। ਜਾਂ ਦੂਰ ਤੋਂ ਇੱਕ ਵਾਰੀ ਦੇਖ ਸਕਦੇ ਜੀ, ਇਸ ਤਰ੍ਹਾਂ ਗਾੜੀ ਭਾੜਾ ਪਾਉਣਾ ਵਾ ਅਤੇ ਬਸ ਜਿਹੜਾ ਵਾ ਥੱਲੇ ਬਹਿ ਜਾਣਾ ਵਾ। ਤੇ ਬੂਸ਼ੀ ਵੀ ਉਹ ਟੰਗੀ ਹੈ ਇਹਦੀ।
ਆਪਾਂ ਜੀ ਦਸ ਰੂਮ ਵਾਲੇ ਆਇਆ ਹੋਇਆ ਦੱਸਿਆ ਨੇ ਕਹਿੰਦਾ ਹਾਂਜੀ ਹਾਂਜੀ ਸਾਡੀ ਤੋਂ ਬਸ ਇੱਕ ਦੋ ਧਾਰਾ ਆਉਣੀ ਬਸ ਸਾਡੇ ਘਰ ਭਾਈ ਦੋ ਡੰਗ ਚੋਵੇ ਕੋਈ ਤਿੰਨ ਡੰਗ ਚੋਵੇ ਠੀਕ ਆ ਅਸੀਂ ਤੂੜੀ ਦੇ ਵੰਡ ਪਾਉਂਦੇ ਜਿੰਨਾ ਭਾਵੇਂ ਡੰਗਰ 5 ਕਿਲੋ ਖਾ ਲਈਏ ਠੀਕ ਆ ਮੁੜ ਕੇ ਕੋਈ ਆਖੇ ਵੀਰ ਵੰਡ ਨਹੀਂ ਪਾਉਂਦਾ ਅਸੀਂ ਟਵਾਣਾ ਫੀਡ ਪਾਉਂਦੇ ਜੇ ਚੂਰੀ ਚਾਰੀ ਪਾਉਂਦੇ ਜੇ ਠੀਕ ਆ ਏਦਾਂ ਮਾੜਾ ਸੇਮ ਦਾ ਬਸ ਠੀਕ ਜੀ ਠੰਡਾ ਸਾਡੇ ਘਰ ਪਾਣੀ ਦਾ ਦੁੱਧ ਮਿਲ ਕੇ ਖੜੇ ਕੋ 8 ਕਿਲੋ ਠੀਕ ਆ ਆਵੇ ਜੀ ਠੀਕ ਆ ਤਾਜੀ ਸੂਈ ਜੀ ਪੁੜੇ ਵੀ ਇਹਨੇ ਪੂਰੇ ਬਰਾਬਰ ਨਹੀਂ ਕੀਤੇ ਤੇ ਆਹ ਕੱਟੀ ਜੇ ਇਹਦੇ ਬਿਲਕੁਲ ਤਾਜ਼ਾ ਹੀ ਬੱਚਾ ਜੇ ਜਿਹੜਾ ਤੇ ਕਿੰਨੇ ਕੁ ਦੁੱਧ ਵਾਲੀ ਜੇ ਦੁੱਧ ਭਾਜੀ ਹੁਣ ਤੇ 7 ਕਿਲੋ ਕੋ ਬੋਲਾ ਹੋਵੇ ਜੀ ਅੱਛਾ ਐਵੇਂ ਕਹਿ ਦਈਏ 10 ਕਿਲੋ 12 ਕਿਲੋ ਅੱਛਾ ਤੇ ਬਾਕੀ ਘਰ ਵਾਲੇ ਦੇ 12 ਕਿਲੋ ਚਾਹੁੰਦੀ ਆਪਾਂ 8-9 ਕਿਲੋ ਤੋਂ ਵਧੀਆ ਭਾਜੀ 10 ਕਿਲੋ ਲਗਾਈ ਹੋਵੇ ਠੀਕ ਹੈ ਦੂਜਾ ਸੂਆ ਸੂਈ ਜੋ ਤੋਰ ਦੋ ਫਿਰ ਇੱਕ ਦਿਨ ਬਾਕੀ ਦੁੱਧ ਭਾਜੀ ਸੇਵਾ ਦਾ ਹਾਂਜੀ ਹਾਂਜੀ ਕੋਲ ਕੋਲ ਖਾਓ ਮੈਲਾ ਮੂਲਾ ਹੋਏ ਲੱਪਾ ਲੱਪਾ ਚੁੱਕੂਗੀ ਹਾਂਜੀ ਹਾਂਜੀ ਬਾਕੀ ਥੱਲਿਆਂ ਵੀ ਚੰਗੇ ਖੁੱਲੇ ਹਵਾਨੇ ਦੀ ਮਾਰ ਕੇ ਮਈ ਚੋਰੀ ਚਾਈ ਲੱਪੀ ਲੁਪੀ ਆ ਮਈ ਜਿੱਦਣ ਖੁੱਲ ਖੁੱਲ ਗਈ ਨਾ ਹਾਂਜੀ ਦੁੱਧ 12 ਕਿਲੋ ਆਇਆ ਆਰਾਮ ਨਾਲ ਭਰੀ ਹੋਗੀ ਠੀਕ ਜੀ ਦੂਜਾ ਸੂਆ ਝੋਟੀ ਜੀ ਗੱਬਣ ਆ ਗਈ ਹਨਾ ਸੂਆ ਪਹਿਲਾ ਦੂਜਾ ਤੇ ਕਿੰਨੇ ਚਿਰ ਦੀ ਗੱਬਣ ਅੱਛਾ ਬਾਕੀ ਉਧਰ ਇਹ ਆ ਵੀ ਕੱਦ ਕੱਠ ਚੰਗਾ ਭਾਜੀ ਜਦੋਂ ਆਪਾਂ ਚੋਰੀ ਕਿਹੜੀ ਆ ਹਾਂਜੀ ਮਾਣਾ ਦੀ ਆਪਣੀ ਗਰੰਟੀ ਉਹ ਪਿੱਛੇ ਦੀ ਆਪਣੀ ਗਰੰਟੀ ਠੀਕ ਆ 13-13 ਕਿਲੋ ਦੁੱਧ ਮੱਝ ਵਿੱਚ ਹੋਇਆ ਉਹਨਾਂ ਨੇ ਠੀਕ ਆ ਲਈ ਜਿਹਨਾਂ ਕੋਲ ਲਿਆਦੀ ਆ ਠੀਕ ਆ ਤੇ ਪਹਿਲੇ ਸੂਬੇ ਜਿਹੜਾ ਇਹਨੇ ਦੁੱਧ 12-13 ਚਵਾਇਆ ਹਾਂਜੀ
ਬਾਕੀ ਉਤਨਾ ਇਹ ਸਾਂਭੀ ਸੁਭੀ ਚੰਗੀ ਆ, ਗਾਹ ਵੀ ਕੋਈ ਸਾਂਭ ਕਰੂਗਾ, ਉਮੀਦ ਆ ਫਿਰ ਇਹ ਤੋਂ ਹੱਥ ਚ ਵੜ ਜਿੱਦਾਂ ਤਿਆਰ ਹੋ ਗਈ ਮੰਨ ਲਓ ਇਹ ਮੱਝ, ਹਾਂਜੀ 70 ਹਜ਼ਾਰ ਦੀ ਹੈਗੀ, ਠੀਕ ਆ, ਹੁਣ ਆਪਾਂ 45 ਦੇ ਦਾਂਗੇ, ਹਾਂ 45 ਹਜ਼ਾਰ ਦੀ, ਪਰ ਇਹ ਜਿਹਨੂੰ ਭਾਜੀ ਵਧੀਆ ਜਿਹਨੇ ਕੱਟੀ ਸਾਂਭ ਕੇ ਲੈ ਕੇ ਪਾਲਣੀ ਨਾ, ਹਾਂਜੀ 25 ਹਜ਼ਾਰ ਦੀ ਕੱਟੀ ਲਿਆਉਣੀ ਆ, ਹਾਂਜੀ ਇਹਨੂੰ ਸਾਂਭਣੇ ਵਧੀਆ ਵਾ, ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇੱਕ ਪਹਿਲਾ ਸੂਆ ਸੂਈ ਬੈਠ ਆ, ਮਗਰ ਇਹਦੇ ਵੱਛੀ ਜੀ ਆਏ ਆਵੇ ਲੋ ਗੰਦ ਗੁੰਦ ਮਰਣੀ ਜੇ ਆਵੇ ਸਾਰੀ ਲਿਬੜੀ ਏ ਗੰਦ ਨਾਲ, ਠੀਕ ਆ, ਹਾਂਜੀ। ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਤੀਜਾ ਦਿਨ ਇਹਨੂੰ ਸੂਈ ਹੋਇਆ ਜੀ। ਆਹ ਵੱਛੀ ਆ ਹਨਾ ਇਹਦੀ? ਹਾਂਜੀ। ਤੇ ਦੰਦੋ ਖੀਰੀ? ਦੰਦੋ ਦੋਂਦੀ ਹੋਣੀ ਜੀ ਮੇਰਾ। ਅੱਛਾ, ਦੋਂਦੀ ਦੋ ਦਾ ਦੋਣੀ ਮੇਰੀ, ਪਰ ਉਹਨਾਂ ਦੇ ਜਵਾਨ ਹੋਏ ਵੇਖੀ ਆਪਾਂ ਨਹੀਂ ਹੈਗੀ। ਦੋ ਦੰਦ ਆ ਜਿਹੜੀ ਮੂੰਹ ਹੋਏ ਲੋ, ਠੀਕ ਹੈ ਜੀ। ਬਾਕੀ ਸਾਡ ਵਾਲੇ ਹੋਰ ਕੋਈ ਦੰਦ ਨਹੀਂ ਥੋੜ੍ਹੇ, ਠੀਕ ਹੈ। ਠੰਡੀ ਧੀਰੀ ਬੜੀ ਬੰਗੇ ਤੋਂ ਬਿਨਾਂ ਜੀ। ਬਾਕੀ ਕਾਦੇ ਦਾ ਹਿਸਾਬ ਦਾ ਹੀ ਆ, ਬਹੁਤਾ ਉੱਚਾ ਨਹੀਂ ਉਮਰ ਦੇ ਹਿਸਾਬ ਨਾਲ। ਠੰਡੀ ਧੀਰੀ ਦਾ ਸਿਲਸਿਲਾ ਦੇਖ ਲਓ ਜੀ, ਆਹ ਦੇਖ ਸਕਦੇ ਜੀ, ਮਗਰ ਲਿਓ ਮਾਰਾ, ਆਹੋ ਇਹ ਜੀ ਕੁਛ ਨਕਲ ਆ, ਠੰਡੀ ਧੀਰੀ ਆ, ਹਾਂਜੀ, ਮਤਲਬ ਬਸ ਸੂਈ ਆ, ਖਾ ਪੀ ਕੇ ਨੇ ਬੰਨਾ ਇਹ, ਠੀਕ ਆ, ਚਲੋ ਲੈ ਜਾ ਘੁੰਮਾ ਕੇ। ਦੁੱਧ ਭਾਈ ਕੀ ਆਪਾਂ ਕਹਿ ਕੇ 12-13 ਕਿਲੋ ਜੇ ਚਵਾਈ ਆ ਤਾਂ ਚੰਗੀ ਸੇਵਾ ਕੱਢੀ ਹੋਣੀ, 8-9 ਕਿਲੋ ਆਰਾਮ ਨਾਲ ਕੱਢੀ ਹੋਊਗੀ, ਠੀਕ ਆ। ਇੰਨਾ ਕੁ ਐਵੇਂ ਲੋਕੀ ਵੀ ਸਿਆਣੇ ਭਾਜੀ ਜਿਹੜਾ ਡੰਗਰ ਲੈਣਾ ਨਾ, ਹਾਂਜੀ, ਉਹ ਵੀ ਸਿਆਣੇ ਹੋਣਾ, ਅਸੀਂ ਐਵੇਂ ਕਈ ਜਗ੍ਹਾ 15 ਕਿਲੋ ਚੋਣਾ 16 ਚੋਣਾ 8-9 ਕਿਲੋ ਆਰਾਮ ਨਾਲ ਦੇ ਜੂ ਵਧੀਆ। ਤੇ ਮੁੱਲ ਇਹਦਾ? ਇਹਦਾ ਮੁੱਲ ਹੈਗਾ 23,000 ਰੁਪਇਆ। 23,000, ਹਾਂ, ਇਹ ਵੀ ਜੋ ਛੋਟ ਛੋਟ ਕਰ ਦੋਗੇ 22,000 ਦੀ ਭਾਜੀ ਵੱਛੀ ਦੇਵਾਂਗੇ ਖਾਣ ਨਾਲ। ਅੱਛਾ, ਪਰ ਵੱਛੀ ਸੀਰ ਆ, ਬੰਗੇ ਬੁੰਗੇ ਤੋਂ ਬਿਨਾਂ ਮਿਲਦੀ ਠੰਡੀ ਚੀਜ਼ ਵੱਛੀ, ਠੀਕ ਹੈ, ਮਰਜ਼ੀ ਪੈ ਜਾਓ, ਇਹਦੀ ਵੀ ਲੱਤਾਂ ਮਾਰ ਲਈ ਹੋਏ, ਠੀਕ ਹੈ। ਬਾਕੀ ਇਹ ਆ ਵੀ ਚਲੋ ਮੁੜ ਕੇ ਦਿਨ ਵੱਧ ਲੈ ਜੇ ਘੱਟ ਲੈ ਜੇ, ਅੱਛਾ, ਤੇ ਬਾਅਦ ਚ ਵੱਧ ਲੈ ਜੇ ਘੱਟ ਲੈ ਜੇ, ਅਗਲੇ ਦੀ ਜ਼ਿੰਮੇਵਾਰੀ, ਠੀਕ ਹੈ। ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ, ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।